ਭਾਜਪਾ ਦੇ ਕੌਮੀ ਮਹਾਂ ਮੰਤਰੀ ਤਰੁਣ ਚੁੱਗ ਅੱਜ ਇੱਕ ਪਰਿਵਾਰ ਨਾਲ ਮਿਲੇ ਨੇ ਔਰ ਮਾਤਾ ਜੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਤਰੁਣ ਜੀ, ਮਾਤਾ ਜੀ ਨੂੰ ਤੁਸੀਂ ਅੱਜ ਮਿਲੇ ਹੋ, ਬਹੁਤ ਪੁਰਾਣਾ ਇਹਨਾਂ ਨੂੰ ਜਾਣਦੇ ਹੋ, ਕਿਆ ਇਹਨਾਂ ਨਾਲ ਤੁਸੀਂ ਰਾਜਨੀਤੀ ਦੀ ਗੱਲ ਕਰ ਰਹੇ ਹੋ ਜਾਂ ਘਰੇਲੂ? ਇਹ ਮੇਰੀ ਮਾਂ ਹੈ ਔਰ ਇਹ ਉਹ ਪਰਿਵਾਰ ਹੈ ਸ਼੍ਰੀ ਸਤਪਾਲ ਜੀ ਦਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਸੀ। ਇਹਨਾਂ ਦੇ ਸ਼੍ਰੀਮਾਨ, ਇਹਨਾਂ ਦੇ ਪਤੀ, ਸਾਡੇ ਬਜ਼ੁਰਗ, ਸਾਡੇ ਮਾਪੇ, ਭਾਰਤੀ ਜਨਤਾ ਪਾਰਟੀ ਇਹਨਾਂ ਮਹੱਲਿਆਂ 'ਚ ਕਦੀ ਵੜ ਨਹੀਂ ਸਕਦੀ। ਸ਼੍ਰੀ ਸਤਪਾਲ ਜੀ ਨੇ ਭਾਰਤੀ ਜਨਤਾ ਪਾਰਟੀ 'ਚ SP ਕੇਵਲ ਕੁਮਾਰ, ਰਕੇਸ਼ ਗਿੱਲ, ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ। ਔਰ ਇਹ ਘਰ ਦੇ ਅੰਦਰ ਡਾਕਟਰ ਬਲਦੇਵ ਪ੍ਰਕਾਸ਼, ਬਲਰਾਮ ਜੀ ਦਾਸ ਟੰਡਨ, ਪਤਾ ਨਹੀਂ ਕਿੰਨੇ ਲੀਡਰਾਂ ਨੂੰ ਇਹਨਾਂ ਨੇ ਰੋਟੀਆਂ ਵੀ ਖਵਾਈਆਂ ਔਰ ਉਹਨਾਂ ਸੇ ਹੱਥ 'ਤੇ ਦੀਵੇ ਰੱਖ ਕੇ, ਬਲਦੇ ਹੋਏ ਦੀਵੇ ਰੱਖ ਕੇ ਕੰਪੇਨ ਵੀ ਕੀਤੀ। ਇਹਨਾਂ ਦਾ ਸਾਨ ਕਦੀ ਨਹੀਂ ਭੁੱਲਿਆ ਜਾ ਸਕਦਾ ਔਰ ਅੱਜ ਮੈਂ ਇਹਨਾਂ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਇਆ। ਇਹਨਾਂ ਦੀ ਸਾਰੀ ਜ਼ਿੰਦਗੀ ਭਾਰਤੀ ਜਨਤਾ ਪਾਰਟੀ ਦਾ ਪਰਚਮ ਲੈ ਕੇ, ਇੱਕ ਹੱਥ 'ਚ ਦੀਵਾ, ਇੱਕ ਹੱਥ 'ਚ ਝੰਡਾ, ਉਦੋਂ ਸਾਡਾ ਨਿਸ਼ਾਨ ਦੀਵਾ ਹੁੰਦਾ ਸੀ ਔਰ ਇਹਨਾਂ ਪਰਿਵਾਰਾਂ ਨੇ ਦੀਵੇ ਦਾ ਨਿਸ਼ਾਨ, ਸਾਡੇ ਇਹਨਾਂ ਦੇ ਹਸਬੈਂਡ, ਸਾਡੇ ਪਿਤਾ ਜੀ ਸਤਪਾਲ ਜੀ, ਇਸ ਇਲਾਕੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਸ਼ੁਰੂ ਕੀਤੀ। ਸੋ ਮੈਂ ਇਹਨਾਂ ਦਾ ਆਸ਼ੀਰਵਾਦ ਲੈਣਾ ਔਰ ਇਹ ਉਹ ਵਿਭੂਤੀਆਂ ਨੇ ਜਿਨ੍ਹਾਂ ਦੇ ਸਿਰ 'ਤੇ ਭਾਰਤੀ ਜਨਤਾ ਪਾਰਟੀ ਅੱਜ 400 ਪਾਰ ਦਾ ਟਾਰਗੇਟ ਲੈ ਕੇ ਲੱਗੀ ਹੈ ਔਰ ਇਹਨਾਂ ਲੋਕਾਂ ਦੇ ਆਸ਼ੀਰਵਾਦ ਨਾਲ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਔਰ ਅੱਗੋਂ ਵੀ ਮੋਦੀ ਜੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ। ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ ਸਰ ਕਿ ਮਾਤਾ ਜੀ, ਜਿਸ ਤਰ੍ਹਾਂ ਅਸੀਂ ਹੁਣੇ ਜਾਣਿਆ ਹੈ ਕਿ ਤੁਸੀਂ ਬਹੁਤ ਪੁਰਾਣੇ ਹੋ ਇੱਕ, ਅਤੇ ਇਸ ਵੇਲੇ ਜੋ ਸਥਿਤੀ ਹੈ, ਕਿਉਂਕਿ ਚੋਣਾਂ ਦਾ ਅਖੀਰਲਾ ਸਮੇਂ ਹੈ, ਲਾਸਟ ਗੇੜ ਹੈ ਔਰ ਲਾਸਟ ਗੇੜ 'ਚ ਪੰਜਾਬ 'ਚ ਚੋਣਾਂ ਹੋ ਰਹੀਆਂ ਨੇ, ਅੰਮ੍ਰਿਤਸਰ ਦੇ ਵਿੱਚ ਤੁਹਾਡਾ ਆਸ਼ੀਰਵਾਦ? ਸ਼ੁਕਰ ਮਹਾਰਾਜ, ਬਹੁਤ ਬਹੁਤ ਚੜ੍ਹਦੀ ਕਲਾ 'ਚ ਰੱਖੇ ਜੀ ਇਹਨਾਂ ਨੂੰ ਸਭ ਨੂੰ, ਜਿੱਤ ਜਿੱਤ ਹੋਵੇ ਇਹਨਾਂ ਦੀ ਜੀ। ਠੀਕ ਹੈ ਜੀ। ਤਰਨ ਜੀ ਕਹਿ ਰਹੇ ਨੇ ਕਿ ਤੁਸੀਂ ਬੜਾ ਇਹਨਾਂ ਨੂੰ ਸਾਥ ਦਿੱਤਾ ਹੈ, ਹੁਣ ਇਸ ਵੀ ਇਲੈਕਸ਼ਨ ਦੇ ਵਿੱਚ ਬਹੁਤ ਸਾਥ ਦਾ, ਪੂਰਾ ਸਾਥ ਜੀ ਇਹਨਾਂ ਦੇ ਨਾਲ ਹੀ ਹੈ, ਬਿਲਕੁਲ ਮੋਦੀ ਸਾਹਿਬ ਦੇ ਭਗਤ ਨੇ ਬਹੁਤ, ਇਹ ਮੋਦੀ ਸਾਹਿਬ ਦੇ ਬਹੁਤ ਭਗਤ ਨੇ ਔਰ ਇਹ ਸਾਰਾ ਪਰਿਵਾਰ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਜੀ ਇੱਥੇ ਲੱਗਾ ਰਹਿੰਦਾ ਔਰ ਇਹ ਮਾਤਾ ਜੀ ਉਦੋਂ ਦੇ ਵਰਕਰ ਨੇ ਜਦੋਂ ਇੱਕ ਹੱਥ 'ਚ ਅੱਜ ਤਾਂ ਵਿਰੁੱਧ ਹੋ ਗਏ, ਨਹੀਂ ਤਾਂ ਇੱਕ ਹੱਥ 'ਚ ਦੀਵਾ ਲੈ ਕੇ, ਇੱਕ ਹੱਥ 'ਚ ਝੰਡਾ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਕਰਦੇ ਸੀ। ਸੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਜਿਹੜੇ ਨੇ ਅੱਜ ਉਸ ਪਰਿਵਾਰ ਨੂੰ ਮਿਲੇ ਨੇ, ਆਰਥੋਡੋਕਸ ਪਰਿਵਾਰ ਹੈ ਕਿ ਜਿਹੜੇ ਪੁਰਾਣੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲੇ ਨੇ, ਉਹਦੀ ਰਣਨੀਤੀ ਦੇ ਵਿੱਚ ਚੱਲੇ ਨੇ ਔਰ ਵੋਟਾਂ ਪਵਾਈਆਂ ਨੇ। ਸੋ ਅੱਜ ਤਰੁਣ ਚੁੱਗ ਜਿਹੜੇ ਨੇ ਉਹਨਾਂ ਦਾ ਆਸ਼ੀਰਵਾਦ ਲਿਆ ਹੈ, ਉਹਨਾਂ ਕੋਲੋਂ ਇਸ ਦੌਰ ਦੇ ਵਿੱਚ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ ਹੋਣੀਆਂ ਨੇ ਉਹਦੇ ਲਈ ਵੀ ਆਸ਼ੀਰਵਾਦ ਲਿਆ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।